तू मूसेआला नी लुट धग दिया बिच नजारे ओ सिद्धू मूसेआला नी लुट धग दिया बिच नजारे ओ साडे गीत नहीं चलदे ओ दे चलदे सारे दे सारे ओ भावे पिंड बिच पुछणी नी जाके तू सिद्धू दे परे ओ पहला उस्तादा कोलो रिहा सिगड़ा हुण नी मैं सारे गीत आप लिखदा पहला उस दादा कोलो रिहा सिगदा हुण नी मैं सारे गीत आप लिखदा सारे मैनू आखदे सी नेरी ठाऊगा जिन्ने गीत गाए गए ओने गाऊंगा। हाँ जी सत श्री अकाल, तुसीं देख रहे हो पंजाबी विरसा पंधेर, मैं तुहाडे नाल जस कैमरामैन हूँ गुरतेज सिंह दे नाल। ਜਿੱਦਾਂ ਕਿ ਸਿੱਧੂ ਮੂਸੇਵਾਲੇ ਦੀ ਕਲਮ ਤਾਂ ਵਾਪਸ ਨਹੀਂ ਆ ਸਕਦੀ, ਪਰ ਜਿਹੜੀ ਉਹਨਾਂ ਦੀ ਕਲਮ ਹੈ ਉਹਨੂੰ ਦੇਖ ਕੇ ਜਿਹੜੇ ਬਾਕੀ ਸਿੰਗਰ ਭਰਾ ਹੈਗੇ ਆ ਜਾਂ ਜਿਨ੍ਹਾਂ ਦੇ ਵਿੱਚ ਟੈਲੈਂਟ ਹੈਗਾ ਉਹਨਾਂ ਨੂੰ ਦੇਖ ਕੇ ਜਿਹੜਾ ਇੱਦਾਂ ਦੇ ਲਿਖਣ ਦੀ ਕੋਸ਼ਿਸ਼ ਕਰਦੇ ਨੇ। ਸਾਡੇ ਨਾਲ ਬਾਈ ਕਾਕੂ ਜੀ ਮੌਜੂਦ ਹੈ, ਗੱਲਬਾਤ ਕਰਦੇ ਆ ਉਹਨਾਂ ਦੇ ਨਾਲ। ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਜਿੰਨੀ ਵੀ ਤੁਹਾਡੀ ਟੀਮ ਆ ਜੀ, ਮੈਂ ਪਹਿਲਾਂ ਬਹੁਤ ਬਹੁਤ ਧੰਨਵਾਦ ਕਰਾਂ ਤੁਸੀਂ ਸਾਡੇ ਵਾਸਤੇ ਇੰਨਾ ਟਾਈਮ ਕੱਢਿਆ। ਬਾਕੀ ਜਿੰਨੇ ਵੀ ਪੰਜਾਬੀ ਭਰਾ ਮੈਨੂੰ ਪਿਆਰ ਕਰਦੇ ਆ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ, ਯਾਨੀ ਕਿ ਮੈਂ ਤੁਹਾਡਾ ਕਾਕੂ ਜੀਰਾ ਬਣਾਲੀ ਵਾਲਾ। ਜਿੱਦਾਂ ਕਿ ਤੁਸੀਂ ਕਹਿ ਰਹੇ ਸਿੱਧੂ ਮੂਸੇਵਾਲੇ ਤੇ ਤੁਸੀਂ ਕਾਫੀ ਸੌਂਗ ਲਿਖ ਚੁੱਕੇ ਹੋ ਤੇ ਕਾਫੀ ਹਿੱਟ ਵੀ ਹੋ ਚੁੱਕੇ ਨੇ, ਤੇ ਸਾਨੂੰ ਅੱਜ ਕਿਹੜਾ ਸੌਂਗ ਸੁਣਾਓਗੇ ਤੁਸੀਂ? ਅੱਜ ਫਿਰ ਉਹੀ ਸੁਣਾਵਾਂਗਾ ਜੀ ਜਿਹੜਾ ਮੇਰਾ ਹਿੱਟ ਹੋਇਆ ਉਹੀ ਸੁਣਾਵਾਂਗੇ। ਹਾਂਜੀ, ਲਓ ਜੀ ਮੈਂ ਪੇਸ਼ ਕਰ ਲੱਗਿਆ ਗਾਣਾ ਵੀਰ ਬਣ ਕੇ, ਜਰੂਰ ਸੁਣਿਓ, ਸ਼ੇਅਰ ਕਰ ਦਿਓ ਵੀਡੀਓ ਆਪਣੀ ਚਲਦੀ ਚਲਦੀ। ਹਾਂਜੀ, ਉਹ ਸਿੱਧੂ ਮੂਸੇਆਲਾ ਨੀ ਲੁੱਟ ਧੱਗ ਦਿਆਂ ਵਿੱਚ ਨਜ਼ਾਰੇ ਉਹ ਸਿੱਧੂ ਮੂਸੇਆਲਾ ਨੀ ਲੁੱਟ ਧੱਗ ਦਿਆਂ ਵਿੱਚ ਨਜ਼ਾਰੇ ਉਹ ਸਾਡੇ ਗੀਤ ਨਹੀਂ ਚੱਲਦੇ ਉਹਦੇ ਚੱਲਦੇ ਸਾਰੇ ਦੇ ਸਾਰੇ ਉਹ ਭਾਵੇਂ ਪਿੰਡ ਵਿੱਚ ਪੁੱਛਣੀ ਨੀ ਜਾ ਕੇ ਤੂੰ ਸਿੱਧੂ ਦੇ ਪਰੇ ਉਹਦੇ ਗੀਤ ਹੁਣ ਚੱਲਦੇ ਨੇ ਕਈ ਕਹਿਣ ਸਾਰੇ ਦੇ ਸਾਰੇ ਹੋਏ ਆਪਾਂ ਰਾਤ ਨੂੰ ਵੇਖਦੇ ਆ ਪੱਟੂ ਦਣੇ ਦਿਖਾਉਂਦਾ ਤਾਰੇ ਉਹ ਸਿੱਧੂ ਮੂਸੇਆਲਾ ਨੀ ਲੁੱਟ ਧੱਗ ਦਿਆਂ ਵਿੱਚ ਨਜ਼ਾਰੇ ਉਹ ਸਾਡੇ ਗੀਤ ਨਹੀਂ ਚੱਲਦੇ ਉਹਦੇ ਚੱਲਦੇ ਸਾਰੇ ਦੇ ਸਾਰੇ। ਹਾਂਜੀ ਬਾਈ, ਤੁਸੀਂ ਖੁਦ ਲਿਖਿਆ ਇਹ ਗਾਣਾ? ਹਾਂ, ਖੁਦ ਲਿਖਦੇ ਆ ਜੀ ਸਾਰੇ ਗਾਣੇ ਜਿੰਨੇ ਵੀ ਮੈਂ ਅੱਜ ਤੱਕ ਲਿਖੇ ਆ ਜਾਂ ਗਾਏ ਆ ਸਾਰੇ ਮੈਂ ਟੂ ਜਿੱਦਾਂ ਆਪਣੇ ਆਪ ਹੀ ਲਿਖਦਾ, ਪਰ ਮੈਂ ਜ਼ਿਆਦਾਤਰ ਗਾਣੇ ਬਾਈ ਸਿੱਧੂ ਮੂਸੇਵਾਲੇ ਦੇ ਸੁਣਦਾ ਹੁੰਦਾ ਤੇ ਜਾਂ ਬਾਈ ਮੈਂ ਲਾਭ ਵੀਰ ਨੂੰ ਬਹੁਤ ਪਿਆਰ ਕਰਦਾ ਤੇ ਜਾਂ ਬਾਈ ਯਾਰ ਨਹੀਂ। ਅੱਛਾ, ਬਹੁਤ ਵਧੀਆ ਲਿਖਦੇ ਹੋ ਤੁਸੀਂ, ਕਿੰਨਾ ਟਾਈਮ ਹੋ ਗਿਆ ਗਾਇਕੀ ਦੇ ਵਿੱਚ ਤੁਹਾਨੂੰ ਇਸ ਸਿੰਗਿੰਗ ਲਾਈਨ ਦੇ ਵਿੱਚ ਆਏ? ਗਾਇਕੀ ਦਾ ਪੁੱਛਣਾ ਜੀ ਬੜਾ ਟਾਈਮ ਆ ਮੈਨੂੰ, 2005 ਦਾ ਲੱਗਿਆ ਹੋਇਆ ਮਿਹਨਤ ਕਰਨ ਮੈਂ, ਪਰ ਹੁਣ ਪਰਮਾਤਮਾ ਨੇ ਮਾੜੀ ਜੀ ਬਾਹ ਫੜੀ ਹੈਗੀ ਤੇ ਬਹੁਤ ਵਧੀਆ ਗੱਲ ਆ ਜੀ, ਬਹੁਤ ਪਿਆਰ ਕਰਦੇ ਆ ਮੈਨੂੰ ਜਿੰਨੇ ਮੇਰੇ ਭੈਣ ਭਰਾ ਜੀ। ਤੇ ਹੁਣ ਤੱਕ ਕਿੰਨੇ ਕੁ ਗਾਣੇ ਆ ਚੁੱਕੇ ਤੁਹਾਡੇ? ਨਹੀਂ ਮਾਰਕੀਟ ਤਾਂ ਦੇਖੋ ਮੇਰਾ ਗਾਣਾ ਕੋਈ ਆਇਆ ਨਹੀਂ ਗਾ। ਅੱਛਾ, ਮੈਂ ਕੋਈ ਵੀ ਵੀਡੀਓ ਪਾਉਣਾ ਮੇਰੀ ਹਰੇਕ ਵੀਡੀਓ ਚੱਲਦੀ, ਕੋਈ ਇਹੋ ਜਿਹੀ ਵੀਡੀਓ ਨਹੀਂ ਜਿਹੜੀ ਨਾ ਚੱਲੇ। ਅੱਛਾ, ਹਾਂ ਫੇਸਬੁੱਕ ਤੇ ਪੇਜ ਬਣਾਇਆ ਕਾਕੂ ਵੀਰ ਦੇ ਨਾਂ ਤੇ, ਜਿੰਨੇ ਵੀ ਮੇਰੇ ਭਰਾ ਹੁਣ ਮੈਨੂੰ ਦੇਖ ਰਹੇ ਆ ਜਾਂ ਦੇਖਣਗੇ ਬਾਅਦ ਦੇ ਵਿੱਚ, ਉਹ ਜਰੂਰ ਬਈ ਚੈੱਕ ਕਰ ਲਿਓ ਕਾਕੂ ਵੀਰ ਦੇ ਨਾਂ ਤੇ ਪੇਜ ਬਣਿਆ ਹੋਇਆ ਆਪਣਾ, ਜਰੂਰ ਦੇਖੋ ਆਪਣੇ ਗਾਣੇ। ਤੇ ਮਤਲਬ ਇਹ ਜਿੱਦਾਂ ਕਿ ਤੁਸੀਂ ਕਿਹਾ ਹੈ ਮਾਰਕੀਟ ਦੇ ਵਿੱਚ ਤੁਹਾਡਾ ਕੋਈ ਗਾਣਾ ਨਹੀਂ ਆਇਆ, ਤੇ ਤੁਸੀਂ ਇੱਕ ਹੋਰ ਸੌਂਗ ਜਿਹੜਾ ਤੁਸੀਂ ਕਿਹਾ ਸੀ ਵੀ ਸਿੱਧੂ ਮੂਸੇਵਾਲਾ ਜਿਹੜਾ 295 ਗਾਣਾ ਆਇਆ ਸੀ ਉਹਦੀ ਟਿਊਨਿੰਗ ਦੇ ਵਿੱਚ ਤੁਸੀਂ ਉਹਦਾ ਸੇਮ ਲਿਖਾ ਆ ਜਿਹੜਾ, ਇੱਕ ਵਾਰੀ ਉਹ ਸਾਡੇ ਦਰਸ਼ਕਾਂ ਨੂੰ ਜਰੂਰ ਸੁਣਾਓ। ਹਾਂਜੀ, ਉਹ ਸੁਣਾਉਣ ਤੋਂ ਪਹਿਲਾਂ ਇੱਕ ਮੈਂ ਥੋੜੀ ਜਿਹੀ ਗੱਲ ਕਹਿਣਾ ਚਾਹਣਾ, ਹੁਣ ਕਈ ਭਰਾ ਮੈਨੂੰ ਕਹਿਣ ਲੱਗੇ ਨੇ ਯਾਰ ਤੂੰ ਗੀਤ ਨਹੀਂ ਰਿਕਾਰਡ ਕਰਾਉਂਦਾ। ਹਾਂਜੀ, ਇੱਥੇ ਤਾਂ ਹੁਣ ਤਾਂ ਮੰਨ ਲਓ ਆਪਾਂ ਖੜੇ ਆ, ਹੁਣ ਤਾਂ ਮੈਂ ਸਿੰਪਲ ਜਿਹਾ ਬਣ ਕੇ ਖੜਾ, ਨਹੀਂ ਮੈਂ ਇੰਨੀ ਹਾਸੀ ਕਢਾਉਣਾ ਕਮੇਡੀ ਇਹੋ ਜਿਹੀ ਕਰਦਾ ਬਾਈ ਜਿਵੇਂ ਢਿੱਡੀ ਪੀਣਾ ਪਾ ਦੇਣਾ ਮੈਂ ਤੁਹਾਨੂੰ ਸਹੀ ਗੱਲ ਦੱਸਾਂ, ਠੀਕ ਆ? ਤੇ ਵੀ ਇਸੇ ਕਰਕੇ ਵੀ ਮੈਂ ਗੀਤ ਬਾਈ ਤਾਂ ਨਹੀਂ ਕਰਾ ਸਕਦਾ, ਗਾਇਕੀ ਮਹਿੰਗੀ ਹੋ ਗਈ ਬਾਹਲੀ, ਠੀਕ ਆ? ਤੇ ਇੰਨੇ ਮੇਰੇ ਕੋਲ ਪੈਸੇ ਹੈ ਨੀ, ਮਾਇਆ ਗਰੀਬ ਜੇ ਪਰਿਵਾਰ ਚੋਂ, ਐਵੇਂ ਮੈਂ ਕੈਮਰੇ ਮੂਹਰੇ ਗੱਪ ਮਾਰੀ ਆ ਵੀ ਮੈਂ ਬਾਹਲਾ ਵੱਡਾ ਦਾਰਾ ਛਾਂ, ਉਹ ਤਾਂ ਬਾਈ ਮੈਂ ਹੈ ਨੀ ਦੇਖੋ, ਠੀਕ ਆ? ਤੇ ਬਾਕੀ ਹੁਣ ਮੈਂ ਭੈਣ ਜੀ ਹੋਰਾਂ ਨੇ ਕਿਹਾ ਗਾਣਾ ਮੈਂ ਉਹ ਪੇਸ਼ ਕਰਨ ਲੱਗਿਆ, ਬਾਈ ਦਾ ਗਾਣਾ ਜੀ ਸਿੱਧੂ ਮੂਸੇਵਾਲਾ 295 ਪੂਰੀ ਥਾਂ ਤੇ ਲਿਖਿਆ ਸੀਗਾ, ਜੇ ਵਧੀਆ ਲੱਗਿਆ ਜ਼ਰੂਰ ਸ਼ੇਅਰ ਕਰਿਓ ਵੀਡੀਓ ਆਪਣੀ। ਹਾਂਜੀ, ਉਹ ਪਹਿਲਾਂ ਉਸਤਾਦਾਂ ਕੋਲੋਂ ਰਿਹਾ ਸਿਗੜਾ ਹੁਣ ਨੀ ਮੈਂ ਸਾਰੇ ਗੀਤ ਆਪ ਲਿਖਦਾ ਪਹਿਲਾਂ ਉਸਤਾਦਾਂ ਕੋਲੋਂ ਰਿਹਾ ਸਿਗੜਾ ਹੁਣ ਨੀ ਮੈਂ ਸਾਰੇ ਗੀਤ ਆਪ ਲਿਖਦਾ ਸਾਰੇ ਮੈਨੂੰ ਆਖਦੇ ਸੀ ਨੇਰੀ ਠਾਊਗਾ ਜਿੰਨੇ ਗੀਤ ਗਾਏ ਗਏ ਉਹਨੇ ਗਾਊਂਗਾ ਜਿਹੜੇ ਜਿਹੜੇ ਮੈਨੂੰ ਹੁਣ ਫੋਲੋ ਕਰਦੇ ਸਦਾ ਲਈ ਜੇ ਆਉਂਦੇ ਉਹ ਰਹਿਣ ਬੱਲੀਏ ਜਿਹੜੇ ਜਿਹੜੇ ਮੈਨੂੰ ਹੁਣ ਫੋਲੋ ਕਰਦੇ ਸਦਾ ਲਈ ਜੇ ਆਉਂਦੇ ਉਹ ਰਹਿਣ ਬੱਲੀਏ ਜਿਹੜੇ ਮੈਨੂੰ ਗਲਤ ਕਮੈਂਟ ਕਰਦੇ ਫੈਨ ਮੇਰੇ ਆਕੜ ਨਾ ਸਹਿਣ ਬੱਲੀਏ
ਫੜਾਲੀ ਵਾਲਾ ਕਾਕੂ ਚੰਗੇ ਗੀਤ ਲਿਖਦਾ ਲਿਖਦਾ ਸੀ ਬਾਈ ਇੱਕ ਤੇਰੇ ਕਰਕੇ ਫੜਾਲੀ ਵਾਲਾ ਕਾਕੂ ਚੰਗੇ ਗੀਤ ਲਿਖਦਾ ਸੀ ਬਾਈ ਇੱਕ ਤੇਰੇ ਕਰਕੇ ਜੋ ਵੀ ਲਿਖਾ ਹੁਣ ਮੈਂ ਵੀ ਸੱਚ ਲਿਖਦਾ ਲਿਖਾ ਨਾ ਮੈਂ ਹੁਣ ਲੋਕਾਂ ਕੋਲੋਂ ਡਰ ਕੇ ਹਾਂਜੀ ਬਹੁਤ ਖੂਬ ਬਾਈ ਜੀ ਜਿੰਨੀ ਤਾਰੀਫ ਕਰੀਏ ਘੱਟ ਹੀ ਹੈ ਕਿਉਂਕਿ ਤੁਹਾਡੀ ਆਵਾਜ਼ ਬਹੁਤ ਜ਼ਿਆਦਾ ਪਿਆਰੀ ਹੈ ਤੇ ਜਦੋਂ ਤੁਸੀਂ ਸਿੰਗਿੰਗ ਲਾਈਨ ਦੇ ਵਿੱਚ ਆਉਂਦੇ ਹੋ ਕਈ ਵਾਰ ਆਪਾਂ ਨੂੰ ਪਰਸਨ ਏਦਾਂ ਦੇ ਵੀ ਮਿਲਦੇ ਆ ਜੋ ਗਲਤ ਕਮੈਂਟ ਕਰਦੇ ਨੇ ਤੁਹਾਡੇ ਨਾਲ ਕਦੇ ਕੋਈ ਓਦਾਂ ਦੀ ਦੁਰਘਟਨਾ ਹੋਈ ਹੋਵੇ ਜਿਹਦੇ ਨਾਲ ਤੁਹਾਡਾ ਜਿਹੜਾ ਮੂਡ ਹੈ ਤੁਹਾਡੇ ਜਿਹੜਾ ਪੈਸ਼ਨ ਨੂੰ ਲੈ ਕੇ ਜਿਹੜੀ ਉਹ ਭਾਵਨਾ ਤੁਹਾਡੇ ਅੰਦਰ ਰਹਿ ਗਈ ਹੋਵੇ ਦੇਖੋ ਜੀ ਮੈਨੂੰ ਕੁਛ ਕੁ ਮੇਰੇ ਕਲਾਕਾਰਾਂ ਨਾਲ ਮੇਰੇ ਸਾਰਿਆਂ ਨਾਲ ਬਹੁਤ ਪਿਆਰ ਆ ਵੱਡੇ ਤੋਂ ਵੱਡੇ ਕਲਾਕਾਰਾਂ ਨਾਲ ਮੇਰਾ ਪਿਆਰ ਹੈਗਾ ਤੇ ਬਹੁਤ ਮੇਰੀ ਸਪੋਰਟ ਕਰਦੇ ਆ ਪਰ ਜਿਹੜੇ ਆਪਣੇ ਪਿੰਡਾਂ ਦੇ ਵਿੱਚ ਕੁਛ ਕੁ ਹੁੰਦੇ ਆ ਜੀ ਖਿੱਚਣ ਵਾਲੇ ਠੀਕ ਆ ਹੁਣ ਤੁਸੀਂ ਆ ਨਰਮੇ ਤੇ ਲਾਲ ਹੁਣ ਖਿੜਿਆ ਪਿਆ ਕੁਛ ਕਹਿ ਜੇ ਹੁਣ ਜਿਹੜੇ ਨੇ ਜੋ ਕਾਣੇ ਵੀ ਹੋਣਗੇ ਹਾਂਜੀ ਉਹ ਚੀਜ਼ ਆ ਗਈ ਵੀ ਕੁਛ ਕਹਿ ਜੇ ਇਨਸਾਨ ਹੁੰਦੇ ਆ ਵੀ ਜਿਹੜੇ ਮੰਨ ਕੇ ਚਲੋ ਬੰਦੇ ਨੂੰ ਐਂ ਕਹਿੰਦਾ ਵੀ ਯਾਰ ਕਾਮਯਾਬ ਨਾ ਹੋ ਜੇ ਸਹੀ ਗੱਲ ਆ ਠੀਕ ਆ ਜੀ ਪੰਜ ਚਾਰ ਬੰਦੇ ਹੁੰਦੇ ਆ ਕਈ ਗਲਤ ਕਮੈਂਟ ਵੀ ਕਰਨ ਲੱਗ ਜਾਂਦੇ ਹੈਗੇ ਮੈਂ ਉਹਨਾਂ ਨੂੰ ਇਹ ਕਹਿਣਾ ਹੁੰਦਾ ਵੀ ਚਲੋ ਮੈਨੂੰ ਕਰ ਲਓ ਜਿੰਨੇ ਮਰਜ਼ੀ ਕਰ ਲਓ ਕਿਉਂਕਿ ਕਈ ਭੈਣਾਂ ਵੀ ਜੁੜੀਆਂ ਹੋਈਆਂ ਨੇ ਠੀਕ ਆ ਜਿਹਨੂੰ ਬਾਤ ਚੰਗੀ ਲੱਗੀ ਇਕੱਲਾ ਇਹ ਨਹੀਂ ਹੁੰਦਾ ਵੀ ਮੇਰੇ ਮੁੰਡੇ ਫੈਨ ਆ ਕੁੜੀਆਂ ਵੀ ਬਹੁਤ ਸਾਰੀਆਂ ਨੇ ਜਿਹੜੀਆਂ ਮੇਰੀਆਂ ਭੈਣਾਂ ਮੈਨੂੰ ਪਿਆਰ ਕਰਦੀਆਂ ਚਾਹੁੰਦੀਆਂ ਨੇ ਵੀ ਬਾਈ ਤੂੰ ਬਹੁਤ ਸੋਹਣਾ ਲਿਖਦਾ ਜਾਂ ਗਾਉਣਾ ਹਨਾ ਬਸ ਇਹੀ ਆ ਜੀ ਵੀ ਵਧੀਆ ਵਧੀਆ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਕਿਉਂਕਿ ਆਪਦੇ ਮਨ ਨਿਗਾਹ ਮਾਰ ਲਿਆ ਕਰੋ ਵੀ ਆਪਣੀਆਂ ਵੀ ਧੀਆਂ ਭੈਣਾਂ ਵਾਲੇ ਆਪਾਂ ਸਾਰੇ ਜਾਣੇ ਹਾਂਜੀ ਬਸ ਇੰਨੀ ਕੁ ਬੇਨਤੀ ਕਰਨਾ ਚਾਹੁੰਦਾ ਵੀ ਇੰਨਾ ਕੁ ਮੇਰਾ ਭਰਾ ਬਣ ਕੇ ਜ਼ਰੂਰ ਧਿਆਨ ਕਰ ਲਿਆ ਕਰੋ ਇਹ ਨਾ ਸਮਝਿਆ ਕਰੋ ਵੀ ਵੀ ਬਗਾਨੀਆਂ ਕੁੜੀਆਂ ਜਾਂ ਬਗਾਨੇ ਮੁੰਡੇ ਆ ਗਏ ਹਨਾ ਸਾਰੀਆਂ ਆਪਣੀਆਂ ਭੈਣਾਂ ਨੇ ਠੀਕ ਆ ਤੇ ਹਰੇਕ ਦੀ ਰਿਸਪੈਕਟ ਕਰੋ ਹਰੇਕ ਦੀ ਇੱਜ਼ਤ ਕਰੋ ਬਾਈ ਜੀ ਜਿੱਦਾਂ ਕਿ ਪਹਿਲਾਂ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਕੈਸਟਾਂ ਵਗੈਰਾ ਹੁੰਦੀਆਂ ਸੀ ਗਾਇਕੀ ਸਸਤੀ ਸੀ ਅੱਜ ਦੇ ਜਿੱਦੇ ਗੱਲ ਕਰੀਏ ਆਪਾਂ ਮਾਡਰਨ ਟ੍ਰੈਂਡਿੰਗ ਦੀ ਜਿਹੜੀ ਗਾਇਕੀ ਬਹੁਤ ਜ਼ਿਆਦਾ ਮਹਿੰਗੀ ਹੋ ਗਈ ਹੈ ਤੇ ਜਿਹੜੀ ਤੁਹਾਡੀ ਭਾਵਨਾ ਉੱਪਰ ਉੱਠਣ ਦੀ ਹੈ ਹੋ ਜੂਗੀ ਪੂਰੀ ਕਿ ਏਦਾਂ ਹੀ ਦਬ ਕੇ ਰਹਿ ਜੂ ਦੇਖੋ ਜੀ ਜਿਵੇਂ ਗਾਣਾ ਵੀ ਆ ਸੀ ਕਹਿੰਦੇ ਜਿੱਤਾਂਗੇ ਜ਼ਰੂਰ ਯਾਰੀ ਜੰਗ ਰੱਖਿਓ ਹਾਂਜੀ ਮੈਂ ਦਵਣ ਦੋਵਣ ਵਾਲਾ ਦਾ ਕੰਮ ਆਪਣਾ ਹੈ ਨਹੀਂਗਾ ਹਾਂਜੀ ਕਿਉਂਕਿ ਮੈਂ ਤਾਂ ਇਕੱਲੀ ਜਾਣ ਪਛਾਣ ਹੀ ਬਣਾਉਣੀ ਹੈ ਜ਼ਿਆਦਾਤਰ ਜੇ ਤੁਸੀਂ ਸਹੀ ਪੁੱਛੋ ਮੈਨੂੰ ਕੋਈ ਬੜਾ ਖੜਾ ਖੁੜਿਆ ਤੇ ਨਹੀਂ ਜਿੰਨਾ ਕੁ ਆਉਂਦਾ ਮੈਨੂੰ ਮਾੜਾ ਮੋਟਾ ਗਾ ਲਈਦਾ ਗਾ ਠੀਕ ਆ ਪਰ ਜੇ ਮੈਂ ਇੱਕ ਗੱਲ ਹੋਰ ਕਹਿਣਾ ਤੇ ਚੈਨਲ ਰਾਹੀਂ ਵੀ ਜੇ ਕੋਈ ਮੈਨੂੰ ਛੇੜੂਗਾ ਜਿਵੇਂ ਹੁਣ ਮੈਨੂੰ ਛੇੜਨ ਜੇ ਲੱਗ ਜਾਂਦੇ ਆ ਫੇਰ ਤਾਂ ਨਾ ਬਾਈ ਜਿੱਦੀ ਮਰ ਜਾਣਾ ਪਿੰਡਾਂ ਵਾਂਗੂ ਮਗਰ ਪੈ ਜਾਣਾ ਮੈਂ ਫੇਰ ਤਾਂ ਮੈਂ ਬਰੋਲੇ ਬੰਨ ਦੇਣਾ ਅਗਲੇ ਦੇ ਹੁਣ ਮੈਨੂੰ ਪਿੱਛੇ ਇਹਨੇ ਕਹਿੰਦੇ ਗਲਤ ਕਮੈਂਟ ਕੀਤੇ ਪੰਜ ਚਾਰ ਮੁੰਡਿਆਂ ਨੇ ਪਤਾ ਨਹੀਂ ਰਾਏ ਕੀਤੀ ਆ ਪਤਾ ਨਹੀਂ ਕਿਵੇਂ ਕੀਤੀ ਆ ਮੈਨੂੰ ਕਹਿ ਮੈਂ ਵੀ ਰਾਤੇ ਰਾਤ ਗੀਤ ਲਿਖ ਦੂੰਗਾ ਮੈਨੂੰ ਕਹੇ ਰਾਤੇ ਰਾਤ ਗੀਤ ਕਹਿੰਦੇ ਤੂੰ ਨਹੀਂ ਲਿਖ ਸਕਦਾ ਮੈਂ ਬਾਈ ਸਿਰਫ ਨੇ ਇੱਕ ਮਿੰਟ ਚ ਗੀਤ ਲਿਖ ਕੇ ਮੈਂ ਫੇਸਬੁੱਕ ਤੇ ਪਾਤਾ ਸੀਗਾ ਗੀਤ ਕਿਉਂਕਿ ਥੋੜਾ ਗਲਤ ਵੀ ਸੀਗਾ ਮੈਂ ਸਾਨੂੰ ਐਵੇਂ ਗੱਪ ਮਾਰੀ ਆ ਝੂਠ ਬੋਲਣ ਦੀ ਆਦਤ ਨੀ ਆਪਣੀ ਥੋੜਾ ਇਹੋ ਜਿਹਾ ਗੀਤ ਸੀਗਾ ਕੜਾਕੇਦਾਰ ਪੂਰਾ ਠੀਕ ਆ ਉਹ ਚੱਲ ਕੁਛ ਕੁ ਮੇਰੇ ਭਰਾ ਹੁੰਦੇ ਆ ਸਿਆਣੇ ਮੰਨ ਕੇ ਚੱਲੋ ਹਨਾ ਜਿਹੜੇ ਜਵਾਕਾਂ ਚੱਲ ਉਹ ਕਹਿੰਦੇ ਯਾਰ ਵੀ ਯਾਰ ਤੂੰ ਤੈਨੂੰ ਇੰਨਾ ਪਿਆਰ ਕਰਦੇ ਆ ਲੋਕ ਵੀ ਤੂੰ ਯਾਰ ਇਹ ਗੀਤ ਕੱਟ ਦੇ ਵੀ ਕੁਛ ਕੁ ਤਾਂ ਪਾਗਲ ਹੁੰਦੇ ਆ ਵੀ ਤੂੰ ਨਾ ਬਣ ਫਿਰ ਇਸ ਕਰਕੇ ਮੈਂ ਉਹ ਗੀਤ ਕੱਟਤਾ ਸੀਗਾ ਪਰ ਕਰਾ ਦੀਆਂ ਦੀ ਬਾਈ ਤਸੱਲੀਆਂ ਉਹ ਗੀਤ ਨੇ ਉਹ ਮੈਂ ਸੁਣਾਉਣਾ ਨਹੀਂ ਚਾਹੁੰਦਾ ਕਿਉਂਕਿ ਗਾਣਾ ਸੁਣਾਉਣ ਵਾਲਾ ਹੈ ਨਹੀਂ ਉਹ ਪਰ ਮੈਂ ਉਹੋ ਜਿਹੀ ਵੀ ਲਿਖ ਦੇਣਾ ਜੀ ਕੋਈ ਕਈ ਵਾਰੀ ਕਹਿ ਦਿੰਦਾ ਪਰ ਜਿੰਨਾ ਕੋਈ ਛੇੜੂਗਾ ਬਾਈ ਉਹਨੇ ਸਮਾਰ ਕੇ ਬਰੋਲੇ ਬੰਨਾਂਗੇ ਮੇਰੀ ਹਿੰਡ ਬਹੁਤ ਭੈੜੀ ਆ ਮੈਂ ਜੇ ਮੈਨੂੰ ਛੇੜੀ ਹਾਂਜੀ ਇਹ ਤਾਂ ਅਸੀਂ ਕਰਵਾਈ ਤੁਹਾਡੀ ਬਾਈ ਕਾਕੂ ਜੀ ਦੇ ਨਾਲ ਗੱਲਬਾਤ ਜਿਨ੍ਹਾਂ ਦੀ ਆਵਾਜ਼ ਜਿਹੜੀ ਹੈਗੀ ਬਹੁਤ ਪਿਆਰੀ ਹੈ ਤੇ ਤੁਸੀਂ ਵੀ ਸੁਣ ਕੇ ਵੇਖੋ ਇਹਨਾਂ ਦਾ ਜਿਹੜਾ ਜਿੱਦਾਂ ਕਿ ਤੁਹਾਨੂੰ ਵੀਰ ਜੀ ਨੇ ਆਪਣਾ ਇੰਸਟਾਗ੍ਰਾਮ ਜਾਂ ਫੇਸਬੁੱਕ ਤੇ ਸਾਰਾ ਕੁਝ ਦੱਸ ਦਿੱਤਾ ਤੁਸੀਂ ਉਹਨਾਂ ਨੂੰ ਜ਼ਰੂਰ ਫੋਲੋ ਕਰਿਓ ਤੇ ਇਸ ਦੇ ਨਾਲ ਹੀ ਜੇਕਰ ਕੋਈ ਐਨਆਰ ਵੀਰ ਇਹਨਾਂ ਨੂੰ ਸੁਣ ਰਿਹਾ ਦੇਖ ਰਿਹਾ ਇਹਨਾਂ ਦੀ ਆਵਾਜ਼ ਜੇ ਕਿਸੇ ਨੂੰ ਪਸੰਦ ਆਈ ਹੋਵੇ ਇਹਨਾਂ ਨੂੰ ਕੋਈ ਅੱਗੇ ਲੈ ਕੇ ਆਉਣਾ ਚਾਹੁੰਦਾ ਹੈ ਤਾਂ ਬਾਈ ਜੀ ਦੀ ਹੈਲਪ ਜ਼ਰੂਰ ਕਰਨਾ ਕਿਉਂਕਿ ਅੱਜ ਕੱਲ ਜਿਹੜਾ ਹੈਗਾ ਪਹਿਲਾਂ ਕਿਸਤਾਂ ਚੱਲਦੀਆਂ ਸੀਗੀਆਂ ਤੇ ਅੱਜ ਜਦੋਂ ਆਪਾਂ ਇੱਕ ਗਾਣਾ ਕਰਨਾ ਹੁੰਦਾ ਉਹਦੀ ਵੀਡੀਓ ਸ਼ੂਟ ਵੀ ਕਰਨੀ ਹੁੰਦੀ ਤੇ ਲੱਖਾਂ ਰੁਪਏ ਲੱਗਦੇ ਆ ਤੇ ਜਿੰਨੀ ਕੁ ਬਾਈ ਦੇ ਵਿੱਚ ਪਹੁੰਚਣੀ ਹੈਗੀ ਉਹ ਨਹੀਂ ਕਰ ਸਕਦੇ ਕਿਉਂਕਿ ਉਹਨੂੰ ਸਪੋਰਟ ਦੀ ਵੱਧ ਤੋਂ ਵੱਧ ਜ਼ਰੂਰਤ ਹੈ ਤੇ ਜਿੰਨੀ ਵੀ ਐਨਆਰ ਵੀਰ ਉਹਨਾਂ ਦੀ ਸਪੋਰਟ ਕਰ ਸਕਦਾ ਵੱਧ ਤੋਂ ਵੱਧ ਉਹਨਾਂ ਦੀ ਸਪੋਰਟ ਕਰੋ ਤੇ ਵੀਰੇ ਗੱਲ ਤਾਂ ਤੁਹਾਡੇ ਨਾਲ ਬਹੁਤ ਕਰ ਲਈ ਆ ਤੇ ਤੁਸੀਂ ਜਾਂਦੇ ਜਾਂਦੇ ਸਾਡੇ ਜਿਹੜਾ ਪੰਜਾਬੀ ਵਿਰਸਾ ਪੰਧੇਰ ਚੈਨਲ ਦੇਖ ਰਹੇ ਦਰਸ਼ਕ ਹੈ ਉਹਨਾਂ ਨੂੰ ਆਪਣੀ ਪਿਆਰੀ ਜਿਹੀ ਤੇ ਮਿੱਠੀ ਜਿਹੀ ਆਵਾਜ਼ ਇੱਕ ਹੋਰ ਸੌਂਗ ਤੁਸੀਂ ਉਹਨਾਂ ਦੇ ਸਾਹਮਣੇ ਪੇਸ਼ ਕਰੋ ਜੀ।